ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ। ਅੱਜ ਲੁਧਿਆਣੇ ਦੇ ਵਿੱਚ ਪਟਵਾਰੀਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਪਟਵਾਰੀਆਂ ਦਾ ਕਹਿਣਾ ਕਿ ਸਾਡੇ ਜੋ ਸਟਾਫ ਆ ਉਹ ਘੱਟ ਹੈ, ਉਹਦੇ ਵਿੱਚ ਨਵੀਂ ਭਰਤੀ ਹੋਣੀ ਚਾਹੀਦੀ ਹੈ। ਹਾਲਾਂਕਿ ਜੋ 700 ਪਟਵਾਰੀ ਭਰਤੀ ਕੀਤੇ ਸੀ ਉਹ ਟ੍ਰੇਨਿੰਗ ਦੇ ਉੱਤੇ ਨੇ ਤੇ ਜੋ 1000 ਭਰਤੀ ਹੋਰ ਭਰਤੀ ਕਰਨ ਦੀ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅੱਜ ਤੋਂ 40 ਸਾਲ ਪਹਿਲਾਂ ਜੋ ਨੀਤੀਆਂ ਬਣਾਈਆਂ ਗਈਆਂ ਸਨ ਉਹਦੇ ਚੱਲਦਿਆਂ ਤੋਂ 13 ਜ਼ਿਲ੍ਹੇ ਹੁੰਦੇ ਸੀ ਪੰਜਾਬ ਦੇ ਵਿੱਚ, ਅੱਜ 23 ਜ਼ਿਲ੍ਹੇ ਨੇ। ਸਾਨੂੰ ਕਾਫੀ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਹੈ। ਹਰਵੀਰ ਸਿੰਘ ਢੀਂਡਸਾ, ਸੂਬਾ ਪ੍ਰਧਾਨ ਦੀ ਰੈਵਨਿਊ ਪਟਵਾਰੀ। ਸਰ, ਅੱਜ ਦੀ ਮੀਟਿੰਗ ਕੀ ਹੈ? ਅੱਜ ਦੀ ਸਾਡੀ ਮੀਟਿੰਗ ਆ, ਸਾਡਾ ਹਰ 2 ਸਾਲ ਬਾਅਦ ਜਥੇਬੰਦੀ ਦਾ ਇਜਲਾਸ ਹੁੰਦਾ। ਉਸ ਇਜਲਾਸ ਨੂੰ ਮੱਦੇਨਜ਼ਰ ਅੱਜ ਸਮੁੱਚੀਆਂ ਜ਼ਿਲ੍ਹਿਆਂ ਦੀਆਂ ਚੋਣਾਂ ਨੂੰ ਮਾਨਤਾ ਦਿੱਤੀ ਗਈ ਆ। ਜਿਹੜਾ ਕੋਈ ਬਕਾਇਆ ਚੰਦਾ ਸੀ ਉਹ ਮਤਲਬ ਸਾਰੇ ਜ਼ਿਲ੍ਹਿਆਂ ਦਾ ਕਲੀਅਰ ਮਤਲਬ ਕੀਤਾ ਗਿਆ, ਔਰ ਅੱਜ ਅਸੀਂ ਇੱਥੋਂ ਇਜਲਾਸ ਦਾ ਜਿਹੜਾ ਹੈਗਾ ਪ੍ਰੋਗਰਾਮ ਉਹ ਰੱਖਿਆ। 6 ਤਰੀਕ ਨੂੰ ਸਾਡਾ ਸੂਬਾ ਪੱਧਰੀ ਇਜਲਾਸ ਆ ਜਿਹੜਾ ਉਹ ਹੋਊਗਾ, ਉਹਦਾ ਮੁਕਾਮ ਅਸੀਂ ਜਲਦ ਫੈਸਲਾ ਕਰ ਲਾਂਗੇ। ਉਹਦੇ ਵਿੱਚ ਸਾਡੇ ਆਉਣ ਵਾਲੇ 2 ਸਾਲ ਦੀ ਜਥੇਬੰਦੀ ਦੀ ਚੋਣ ਕੀਤੀ ਜਾਊਗੀ, ਔਰ ਸਾਰਿਆਂ ਨੇ ਅੱਜ ਇਸ ਗੱਲ ਦਾ ਵਿਸ਼ਵਾਸ ਦਵਾਇਆ ਵੀ ਆਪਾਂ ਸਰਬਸੰਮਤੀ ਨਾਲ ਹੀ ਚੋਣ ਕਰਨੀ ਆ, ਯੋਗ ਸਾਥੀ ਨੂੰ ਆਪਾਂ ਨੇ ਅੱਗੇ ਲੈ ਕੇ ਆਉਣਾ, ਅਤੇ ਹਰ 2 ਸਾਲ ਬਾਅਦ ਵਿਧਾਨ ਦੇ ਮੁਤਾਬਕ ਚੋਣ ਹੁੰਦੀ ਆ। ਔਰ ਇਹਦੇ ਵਿੱਚ ਜਿਹੜੇ ਕੁਝ ਹੋਰ ਮੁੱਦੇ ਸੀਗੇ ਜਿਵੇਂ ਐਪ ਦੇ ਉੱਪਰ ਗਰਦਾਵਰੀ ਕੀਤੀ ਜਾਣੀ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਔਨਲਾਈਨ, ਉਹਦੇ ਵਾਸਤੇ ਵੀ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਦੇ ਵਾਸਤੇ ਵਿਚਾਰ ਚਰਚਾ ਹੋਈ ਆ, ਕਿਉਂਕਿ ਕਈ ਮਤਲਬ ਬਾਰਡਰ ਏਰੀਏ ਦੇ ਵਿੱਚ ਇੰਟਰਨੈਟ ਦੀ ਬੜੀ ਕਾਫੀ ਮਤਲਬ ਆ, ਉਹ ਦਿੱਕਤਾਂ ਜਿਹੜੀਆਂ ਮਤਲਬ ਆਪਾਂ ਸਰਕਾਰ ਨੂੰ ਸਾਹਮਣੇ ਪਜਾਵਾਂਗੇ। ਔਰ ਸਾਡੇ ਹਰਦੀਪ ਸਿੰਘ ਜੀ ਮੁੰਡੀਆਂ ਜਿਹੜੇ ਜ਼ਿਲ੍ਹਾ ਲੁਧਿਆਣਾ ਦੇ ਨਾਲ ਸੰਬੰਧ ਰੱਖਦੇ ਸਾਹਨੇ ਵਾਲ ਤੋਂ, ਉਹ ਮਾਲ ਮੰਤਰੀ ਬਣੇ ਨੇ, ਉਹਨਾਂ ਨੂੰ ਅੱਜ ਜਥੇਬੰਦੀ ਵੱਲੋਂ ਵਧਾਈ ਭੇਜੀ ਗਈ ਆ, ਕਿਉਂਕਿ ਮਹਾਂਨਗਰ ਆ ਇਸ ਮਤਲਬ ਨਗਰ ਦੀਆਂ ਵੱਡੀਆਂ ਸਮੱਸਿਆਵਾਂ ਨੇ, ਔਰ ਸਾਨੂੰ ਆਸ ਆ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਬ੍ਰਹਮ ਸ਼ੰਕਰ ਜਿੰਪਾ ਜੀ ਨੇ ਵਧੀਆ ਕੰਮ ਕੀਤੇ ਨੇ ਮਹਿਕਮੇ ਦੇ ਵਿੱਚ, ਉਹ ਵੀ ਵਧੀਆ ਕੰਮ ਕਰਨਗੇ, ਇਹ ਸਾਰੇ ਅੱਜ ਮੁੱਦੇ ਪਜਾ ਰਹੇ। ਸਰ, ਪੋਸਟਾਂ ਕਾਫੀ ਖਾਲੀ ਪਈਆਂ, ਕਿ ਪਟਵਾਰੀ ਤੇ ਬਹੁਤ ਬੋਝ ਆ, ਲੱਗਦਾ ਵੀ ਇਸ ਨੂੰ ਲੈ ਕੇ ਭਰਤੀਆਂ ਹੋਰ? ਪੋਸਟਾਂ ਜੀ ਸਾਡੇ ਸੀਐਮ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ 1000 ਹੋਰ ਪੋਸਟ ਦਾ, ਕਿਉਂਕਿ 710 ਜਿਹੜੇ ਬੱਚੇ ਨੇ ਉਹ ਸਾਡੇ ਮਤਲਬ ਟ੍ਰੇਨਿੰਗ ਕਰ ਰਹੇ ਨੇ, ਉਹ ਭਰਤੀ ਸਾਡੀ ਕਿਸੇ ਮਤਲਬ ਟੈਕਨੀਕਲ ਕਾਰਨ ਕਰਕੇ ਰੁਕੀ ਹੋਈ ਆ। ਅਸੀਂ ਹੁਣ ਮਤਲਬ ਮਾਨਯੋਗ ਐਫਸੀਆ ਸਾਹਿਬ ਨੂੰ, ਸੀਐਮ ਸਾਹਿਬ ਨੂੰ, ਮਾਲ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ 1000 ਪੋਸਟ ਦੀ ਜਿਹੜੀ ਭਰਤੀ ਦਾ ਐਡਵਰਟਾਈਜਮੈਂਟ ਜਲਦੀ ਕੱਢਿਆ ਜਾਵੇ। ਸਰ, ਇਸ ਤੋਂ ਇਲਾਵਾ ਹੋਰ ਕੋਈ ਡਿਮਾਂਡ? ਅੱਜ ਸਾਡੀ ਆਪਣੇ ਪਰਿਵਾਰ ਯੂਨੀਅਨ ਦੀ ਅਨਰੋਲ ਸਾਡੀ ਮਤਲਬ ਜਿਹੜੀ ਮੀਟਿੰਗ ਆ ਰੈਵਨਿਊ ਪਰਿਵਾਰ ਯੂਨੀਅਨ, ਇਹ ਇੱਕ ਆ ਸਾਡੀ ਪੰਜਾਬ ਦੇ ਵਿੱਚ, ਸਾਡੇ 97 ਤਹਿਸੀਲਾਂ ਨੇ ਇਸ ਵਕਤ ਸਾਰੇ ਮਤਲਬ ਉੱਥੋਂ ਪਹਿਲਾਂ ਤਹਿਸੀਲ ਪ੍ਰਧਾਨ ਬਣਦੇ ਨੇ, ਉਹ ਤੋਂ ਫਿਰ ਜ਼ਿਲ੍ਹੇ ਦੇ ਡੈਲੀਗੇਟ ਬਣਦੇ ਨੇ, ਫਿਰ ਜ਼ਿਲ੍ਹੇ ਤੋਂ ਅਸੀਂ ਫਿਰ ਪੰਜਾਬ ਦੇ ਵਿੱਚ ਡੈਲੀਗੇਟ ਭੇਜਦੇ ਹਾਂ, ਸਾਰਾ ਪ੍ਰੋਸੈਸ ਚੱਲਿਆ, ਉਹ ਸਾਰਾ ਅਮਨ ਮਾਨ ਨਾਲ ਪੂਰ ਆਪਣੇ ਹੋ ਗਏ ਸਾਰੇ, ਹੁਣ ਇਹਨੂੰ ਪੰਜਾਬ ਦੀ ਚੋਣ ਬਾਕੀ। ਸਰ, ਇੱਕ ਜਿਹੜੇ ਲਗਾਤਾਰ ਮੁੱਦਾ ਉੱਠਦਾ, ਮੀਡੀਆ 'ਚ ਵੀ ਖਬਰ ਆਉਂਦੀਆਂ ਨੇ ਵੀ ਜਿਹੜੇ ਪਟਵਾਰੀ ਦੇ ਨਾਲ ਕੁਝ ਵਰਕਰ ਕੰਮ ਕਰਦੇ ਪ੍ਰਾਈਵੇਟ ਤੌਰ 'ਤੇ, ਉਸ ਨੂੰ ਲੈ ਕੇ ਸਵਾਲ ਖੜੇ ਹੁੰਦੇ ਆ, ਤਾਂ ਉਸ ਨੂੰ ਲੈ ਕੇ ਕੀ ਕਹੋਗੇ, ਕਿਉਂਕਿ ਲਗਾਤਾਰ ਇਲਜ਼ਾਮ ਵੀ ਲੱਗਦੇ ਨੇ? ਕਿਸੇ ਟਾਈਮ ਪੰਜਾਬ ਦੇ ਵਿੱਚ 12 ਜ਼ਿਲ੍ਹੇ ਸੀਗੇ ਜੀ, ਅੱਜ ਹੁਣ 23 ਜ਼ਿਲ੍ਹੇ ਬਣ ਚੁੱਕੇ ਨੇ। ਉਹਦਾ ਕਾਰਨ ਕੀ ਆ ਵੀ ਜੇ ਕੰਮ ਵਧਿਆ ਤਾਂ ਹੀ ਹੋਇਆ ਨਾ, ਸਾਡੇ ਪਰਿਵਾਰ ਸਰਕਲ ਨੇ ਉਹਨਾਂ ਦੀ ਮਤਲਬ ਪੁਨਰਗਠਨ ਨਹੀਂ ਹੋਇਆ, ਸਾਡਾ ਜਿਹੜਾ ਪਰਿਵਾਰ ਸਰਕਲ ਉਹਦੇ ਵਿੱਚ ਸ਼ਹਿਰੀ ਪਰਿਵਾਰੀ ਨੂੰ ਜਮ੍ਹਾਂ ਬੰਦੀਆਂ ਤਸਦੀਕ ਕਰਨੀਆਂ ਪੈਂਦੀਆਂ ਨੇ, ਨਕਲਾਂ ਪੁਰਾਣੀਆਂ, ਕੋਰਟ ਦੇ ਕੰਮ ਹੋ ਗਏ, ਸਰਟੀਫਿਕੇਟ ਹੋ ਗਏ, ਸ਼ਹਿਰੀਕਰਨ ਹੋਣ ਨਾਲ ਕੰਮ ਵੱਧ ਗਿਆ, ਉਹ ਪੋਸਟਾਂ ਸਾਡੀਆਂ ਮਤਲਬ ਅੱਜ ਤੋਂ ਉਹੀ 40 ਸਾਲ ਪਹਿਲਾਂ ਦੀਆਂ ਨੇ। ਇਸ ਕਰਕੇ ਉਹ ਸਾਡੀ ਇਹੀ ਮੰਗ ਆ ਵੀ ਜਿਹੜੀਆਂ ਪੋਸਟਾਂ ਪਟਵਾਰੀ ਨੇ ਵਧਾਈਆਂ ਜਾਣ ਘਟਾਉਣ ਦੀ ਬਜਾਏ, ਜਦੋਂ ਸ਼ਹਿਰਾਂ ਦੇ ਵਿੱਚ ਆਪਣੇ ਕੋਲ ਪ੍ਰੋਪਰ ਬੰਦੇ ਹੋ ਜਾਣਗੇ ਫਿਰ ਨਹੀਂ ਹੋਣੀ ਸਮੱਸਿਆ। ਅਸੀਂ ਤਾਂ ਆਪ ਕਹਿੰਦੇ ਹਾਂ ਵੀ ਸਾਡੇ ਕੋਲ ਤਾਂ ਇਸ ਵਕਤ 2-3 ਹਜ਼ਾਰ ਬੰਦਾ ਪ੍ਰਾਈਵੇਟ ਆ ਤੁਰਿਆ ਫਿਰਦਾ। ਅਸੀਂ ਹਰ ਵਕਤ ਜਦੋਂ ਨਵੀਂ ਸਰਕਾਰ ਆਈ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਸਾਡੀ ਕਿਸੇ ਨੇ ਭਰਤੀ ਨਹੀਂ ਕੀਤੀ ਹੁਣ ਤੱਕ, ਜਿੰਨੀ ਕੁ ਭਰਤੀ ਹੁੰਦੀ ਆ ਉਨੇ ਕੁ ਬੰਦੇ ਰਿਟਾਇਰ ਹੋ ਜਾਂਦੇ ਨੇ। ਇਸ ਕਰਕੇ ਜਿਹੜੀ ਹੁਣ 1000 ਦੀ ਨਵੀਂ ਭਰਤੀ ਆਉਣ ਵਾਲੀ ਆ, ਉਹ ਤੋਂ ਬਾਅਦ ਲਗਾਤਾਰ 1000-1000 ਦੀ ਭਰਤੀ ਹੋਵੇ ਤਾਂ ਇਹ ਪ੍ਰੋਬਲਮ ਸੋਲਵ ਹੋਊਗੀ, ਔਰ ਸ਼ਹਿਰਾਂ ਨੂੰ ਤੋੜ ਕੇ ਉੱਥੇ ਪਟਵਾਰੀਆਂ ਦੇ ਸਰਕਲ ਵਧਾਏ ਜਾਣ, ਇਹਦੇ ਨਾਲ ਪ੍ਰੋਬਲਮ ਸੋਲਵ ਹੋਊਗੀ। ਮੇਰਾ ਨਾਮ ਵਰਿੰਦਰ ਕੁਮਾਰ ਸ਼ਰਮਾ ਜੀ, ਜ਼ਿਲ੍ਹਾ ਪ੍ਰਧਾਨ ਦੀ ਰੈਵਨਿਊ ਪਾਰ ਯੂਨੀਅਨ ਜ਼ਿਲ੍ਹਾ ਲੁਧਿਆਣਾ। ਅੱਜ ਮੀਟਿੰਗ ਕੀਤੀ ਗਈ ਹੈ ਪੰਜਾਬ ਲੇਬਰ ਬੋਰਡ ਦੀ, ਇਹ ਅੱਜ ਪੰਜਾਬ ਬੋਰਡ ਦੀ ਸਾਡੀ ਮੀਟਿੰਗ ਸੀ, ਕਿਉਂਕਿ ਪੰਜਾਬ ਬੋਰਡ ਦਾ ਪਿਛਲਾ ਕਾਰਜਕਾਲ ਜਿਹੜਾ ਪੂਰਾ ਹੋਣ ਜਾ ਰਿਹਾ ਅਤੇ ਹੁਣ ਉਸਦੇ ਸੰਬੰਧ ਦੇ ਵਿੱਚ ਅੱਜ ਨਵੀਂ ਜਿਹੜੀ ਬੋਡੀ ਨੇ
ਬਣਾਉਣ ਦੇ ਲਈ ਉਹਨਾਂ ਨੇ ਜਿਹੜੇ ਵੀ ਕਰਨੇ ਸੀ ਆਪਣੇ ਪ੍ਰਬੰਧ ਉਹ ਕੀਤੇ ਨੇ ਅਤੇ ਸਾਰੀ ਮੀਟਿੰਗ ਦੇ ਵਿੱਚ ਪਿਛਲਾ ਹਿਸਾਬ ਕਿਤਾਬ ਦੱਸ ਕੇ ਜਿਹੜੀਆਂ ਪ੍ਰਾਪਤੀਆਂ ਪਿਛਲੀ ਜਥੇਬੰਦੀ ਨੇ ਦੱਸੀਆਂ ਨੇ ਅਤੇ ਹੁਣ ਨਵੀਂ ਜਿਹੜੀ ਜਥੇਬੰਦੀ ਹੈ ਉਹਦੇ ਵਾਸਤੇ ਡੇਟਾਂ ਅਨਾਊਂਸ ਕਰਤੀਆਂ ਵੀ ਕਦੋਂ ਇਲੈਕਸ਼ਨ ਹੈ ਦੀ ਰੈਵਨਿਊ ਪਰਿਵਾਰ ਯੂਨੀਅਨ ਪੰਜਾਬ ਦੀ ਉਹ ਪੈਂਡਿੰਗ ਸੀਗੀ ਉਸ ਦੇ ਸੰਬੰਧ ਵਿੱਚ ਇਹ ਮੀਟਿੰਗ ਸੀ। ਕਿਹੜੇ ਕਿਹੜੇ ਇਸ਼ੂਸ ਤੇ ਗੱਲਬਾਤ ਹੋਈ ਹੈ ਕਿਉਂਕਿ ਆਮ ਤੌਰ ਤੇ ਪਹਿਲਾਂ ਐਲਾਨ ਵੀ ਕੀਤਾ ਗਿਆ ਸੀ ਸਰਕਾਰ ਦੇ ਵਿਰੋਧ ਜਗਾਉਣ ਦੀ ਵੀ ਗੱਲ ਸੀਗੀ ਤਾਂ ਕੁਝ ਇਸ਼ੂ ਡਿਸਕਸ ਕੀਤੇ ਗਏ? ਨਹੀਂ, ਇਸ਼ੂ ਤਾਂ ਬਿਲਕੁਲ ਡਿਸਕਸ ਹੋਏ ਨੇ। ਸਭ ਨਾਲੋਂ ਵੱਡਾ ਇਸ਼ੂ ਸੀ ਸਟੇਟ ਕੈਡਰ ਦਾ ਅਤੇ ਸਾਨੂੰ ਉਮੀਦ ਹੈ ਕਿ ਜਿਹੜੀ ਹੁਣ ਨਵੀਂ ਬੋਡੀ ਬਣੂਗੀ ਅਸੀਂ ਉਹ ਗੱਲਾਂ ਲੈ ਕੇ ਜਾਵਾਂਗੇ ਸਰਕਾਰ ਦੇ ਕੋਲ ਆਪਣਾ ਪੱਖ ਰੱਖਾਂਗੇ ਅਤੇ ਉਮੀਦ ਹੈ ਸਾਡੀ ਸਰਕਾਰ ਗੱਲ ਸੁਣਨਗੀ ਸਹਾਨੁਭੂਤੀ ਦੇ ਨਾਲ ਸਾਡੀਆਂ ਮੰਗਾਂ ਜ਼ਰੂਰ ਪੂਰੀਆਂ। ਭਰਤੀ ਨੂੰ ਲੈ ਕੇ ਵੀ ਆ ਰਿਹਾ? ਹਾਂਜੀ, ਭਰਤੀ ਸਰਕਾਰ ਨੇ ਕਿਹਾ ਹੋਇਆ ਵਾ ਵੀ ਭਰਤੀ ਕਰਾਂਗੇ ਉਹਨਾਂ ਨੇ 700 ਪਟਵਾਰੀਆਂ ਦੀ, ਤਾਂ ਉਮੀਦ ਆ ਵੀ CM ਸਾਹਿਬ ਜਿਹੜੀ ਗੱਲ ਕਹਿਣਗੇ ਉਹ ਕਰਦੇ ਵੀ ਨੇ ਤੇ ਉਹਨਾਂ ਨੇ ਪਹਿਲਾਂ ਪਿੱਛੇ ਭਰਤੀ ਕੀਤੀ ਵੀ ਆ ਤੇ ਹੁਣ ਨਵੀਂ ਭਰਤੀ ਵੀ ਉਹ ਲਾਗੂ ਜ਼ਰੂਰ ਕਰਨਗੇ। ਤੁਹਾਨੂੰ ਦੱਸ ਦਈਏ ਕਿ ਪਟਵਾਰੀਆਂ ਵੱਲੋਂ ਪਹਿਲਾਂ ਵੀ ਕਲਮ ਛੋੜ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ, ਹਾਲਾਂਕਿ ਇਹ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੇ ਸੀ ਭਰਤੀ ਕੀਤੀ ਜਾਵੇ, ਹਾਲਾਂਕਿ ਸਰਕਾਰ ਨੇ ਇਹਨਾਂ ਦੀ ਗੱਲ ਵੀ ਸੁਣੀ ਸੀ ਅਤੇ ਭਰਤੀ ਦੀ ਜਿਵੇਂ ਦੱਸੇ ਵੀ ਟ੍ਰੇਨਿੰਗ 'ਤੇ ਚੱਲ ਰਹੇ ਨੇ ਬੰਦੇ ਇਹਨਾਂ ਦੇ ਨਾਲ ਅਤੇ ਹੁਣ ਵੇਖਣਾ ਹੋਵੇਗਾ ਸਰਕਾਰ ਹੋਰ ਭਰਤੀ ਕਰਦੀ ਹੈ, ਕਦੋਂ ਕਰਦੀ ਹੈ, ਇਹਨਾਂ ਦੀ ਹੋਰ ਮੰਗਾਂ ਮੰਨਦੀ ਹੈ ਕੀ ਮੰਨਦੀ ਹੈ ਤਾਂ ਸਮਾਂ ਦੱਸੇਗਾ। ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।